ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸ਼੍ਰੀ ਜਤਿੰਦਰ ਸ਼ਰਮਾ ਹੁਣਾਂ ਨੇ ਆਪਣਾ ਸਮੁੱਚਾ ਜੀਵਨ ਸੱਚਾਈ ਦੇ ਰਸਤੇ ਤੇ ਚਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਬਿਰਤੀ ਵਾਲੇ ਇਨਸਾਨ ਸਨ। ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀ ਦੀ ਮਦਦ ਕਰਨੀ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਸ਼੍ਰੀ ਜਤਿੰਦਰਪਾਲ ਸ਼ਰਮਾ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸ਼੍ਰੀ ਰਾਮ ਕ੍ਰਿਸ਼ਨ ਸ਼ਰਮਾ, ਸ਼੍ਰੀਮਤੀ ਸੁਦੇਸ਼ ਸ਼ਰਮਾ, ਭੁਪਿੰਦਰ ਸ਼ਰਮਾ, ਅਰੁਣਾ ਸ਼ਰਮਾ, ਪ੍ਰਣਵ ਸ਼ਰਮਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਅਮਨ ਪੈਲੇਸ ਪਠਾਨਕੋਟ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਪਰਮੇਸ਼ਰ ਦਾ ਨਾਮ ਤਾਰਕ ਮੰਤਰ ਸ਼ਕਤੀ।
जीव को बार बार बड़ा कष्ट मिलता है, कष्ट मिलने पर भी ये भगवान का स्मरण करना भूल जाता है। कहते हैं दुख में सब स्मरण करे, सुख में करे ना कोई। कहते हैं कि जब सुख आता है तो भगवान को हम भूल जाते हैं, जब हमें दुख आता है तो हम भगवान को बहुत ही उनकी वंदना करते हैं। पर क्या जब चिड़िया चुग गई खेत, फिर क्या पछतावा हो। कहते हैं कि जब घर जल जाता है तब कुआं खोदने का क्या फायदा, जब घर को आग लग जाती है। कहने का अर्थात है कि भगवान को कभी भी नहीं भूलना चाहिए। निरंतर जो भगवान का भजन करता है भगवान भी उसे भजते हैं। ये स्वर्गीय श्री जितेंद्र जी शर्मा बड़े ही दयावान, बड़े ही शुभ इंसान थे, सभी पर दया करते थे, बच्चों से बच्चों वाला भेद और बड़े बुजुर्गों का बड़ा आदर सम्मान करते थे। इनकी कमी जब तक हम संसार में रहेंगे इनकी कमी हमें महसूस होगी। फिर भी हम भगवान से प्रार्थना करते हैं कि स्वर्गीय श्री जितेंद्र जी की आत्मा को भगवान शांति दे, अपने